ਦੋ ਕਾਰਾਂ ਦੀ ਆਪਸੀ ਟੱਕਰ ਦੇ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਹੈ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇੱਕ ਪਰਿਵਾਰ ਦੇ ਵੱਲੋਂ ਨਵੀਂ ਸਵਿਫਟ ਗੱਡੀ ਲਿਆਂਦੀ ਗਈ ਸੀ ਤੇ ਹਾਲੇ ਉਸ ਗੱਡੀ ਦੇ ਪੂਰੇ ਚਾਹ ਵੀ ਨਹੀਂ ਸੀ ਹੋਏ ਕਿ ਸੜਕ ਦੁਰਘਟਨਾ ਦੇ ਵਿੱਚ ਜਿੱਥੇ ਗੱਡੀ ਨੁਕਸਾਨੀ ਗਈ ਉੱਥੇ ਇੱਕ ਵਿਅਕਤੀ ਦੀ ਵੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ। ਤਾਂ ਦੱਸ ਦਈਏ ਕਿ ਪਰਿਵਾਰ ਦੇ ਵੱਲੋਂ ਜੋ ਨਵੀਂ ਗੱਡੀ ਲਿਆਂਦੀ ਸੀ ਉਸਦੇ ਵਿੱਚ ਸਵਾਰ ਹੋ ਕੇ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਏ ਸੀ ਅਤੇ ਜਿਵੇਂ ਹੀ ਉਹ ਮੱਥਾ ਟੇਕ ਕੇ ਵਾਪਿਸ ਆ ਰਹੇ ਸੀ ਤਾਂ ਸਾਹਮਣੇ ਤੋਂ ਆ ਰਹੀ ਇੱਕ ਬ੍ਰਿਜ਼ਾ ਗੱਡੀ ਦੇ ਵਿੱਚ ਸਵਿਫਟ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਇੱਕ ਔਰਤ ਅਤੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ। ਤਾਂ ਦੱਸ ਦਈਏ ਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਕਾਰਾਂ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ। ਹਾਲਾਂਕਿ ਜੋ ਸਵਿਫਟ ਗੱਡੀ ਹੈ ਉਸਦੇ ਵੀ ਪਰ ਖੱਚੇ ਉੱਡ ਗਏ ਨੇ। ਕਿਹਾ ਜਾ ਰਿਹਾ ਕਿ ਹਾਲ ਹੀ ਦੇ ਵਿੱਚ ਇਸ ਪਰਿਵਾਰ ਦੇ ਵੱਲੋਂ ਨਵੀਂ ਸਵਿਫਟ ਗੱਡੀ ਲਿਆਂਦੀ ਗਈ ਸੀ, ਹਾਲੇ ਸਾਰੇ ਚਾਹ ਵੀ ਨਹੀਂ ਸੀ ਪੂਰੇ ਹੋਏ ਕਿ ਸੜਕ ਦੁਰਘਟਨਾ ਦੇ ਵਿੱਚ ਇਹ ਸਵਿਫਟ ਗੱਡੀ ਦੇ ਨਾਲ ਨਾਲ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਹਾਲਾਂਕਿ ਮੌਕੇ ਤੇ ਹੁਣ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਜੋ ਮ੍ਰਿਤਕ ਵਿਅਕਤੀ ਹੈ ਉਹ ਆਪਣੇ ਪਿੱਛੇ ਦੋ ਛੋਟੇ ਬੱਚਿਆਂ ਨੂੰ ਵੀ ਛੱਡ ਗਿਆ। ਦੋ ਕਾਰਾਂ ਦੀ ਆਪਸੀ ਟੱਕਰ ਦੇ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਹੈ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇੱਕ ਪਰਿਵਾਰ ਦੇ ਵੱਲੋਂ ਨਵੀਂ ਸਵਿਫਟ ਗੱਡੀ ਲਿਆਂਦੀ ਗਈ ਸੀ ਤੇ ਹਾਲੇ ਉਸ ਗੱਡੀ ਦੇ ਪੂਰੇ ਚਾਹ ਵੀ ਨਹੀਂ ਸੀ ਹੋਏ ਕਿ ਸੜਕ ਦੁਰਘਟਨਾ ਦੇ ਵਿੱਚ ਜਿੱਥੇ ਗੱਡੀ ਨੁਕਸਾਨੀ ਗਈ ਉੱਥੇ ਇੱਕ ਵਿਅਕਤੀ ਦੀ ਵੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ। ਤਾਂ ਦੱਸ ਦਈਏ ਕਿ ਪਰਿਵਾਰ ਦੇ ਵੱਲੋਂ ਜੋ ਨਵੀਂ ਗੱਡੀ ਲਿਆਂਦੀ ਸੀ ਉਸਦੇ ਵਿੱਚ ਸਵਾਰ ਹੋ ਕੇ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਏ ਸੀ ਅਤੇ ਜਿਵੇਂ ਹੀ ਉਹ ਮੱਥਾ ਟੇਕ ਕੇ ਵਾਪਿਸ ਆ ਰਹੇ ਸੀ ਤਾਂ ਸਾਹਮਣੇ ਤੋਂ ਆ ਰਹੀ ਇੱਕ ਬ੍ਰਿਜ਼ਾ ਗੱਡੀ ਦੇ ਵਿੱਚ ਸਵਿਫਟ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਇੱਕ ਔਰਤ ਅਤੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ। ਤਾਂ ਦੱਸ ਦਈਏ ਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਕਾਰਾਂ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ। ਹਾਲਾਂਕਿ ਜੋ ਸਵਿਫਟ ਗੱਡੀ ਹੈ ਉਸਦੇ ਵੀ ਪਰ ਖੱਚੇ ਉੱਡ ਗਏ ਨੇ। ਕਿਹਾ ਜਾ ਰਿਹਾ ਕਿ ਹਾਲ ਹੀ ਦੇ ਵਿੱਚ ਇਸ ਪਰਿਵਾਰ ਦੇ ਵੱਲੋਂ ਨਵੀਂ ਸਵਿਫਟ ਗੱਡੀ ਲਿਆਂਦੀ ਗਈ ਸੀ, ਹਾਲੇ ਸਾਰੇ ਚਾਹ ਵੀ ਨਹੀਂ ਸੀ ਪੂਰੇ ਹੋਏ ਕਿ ਸੜਕ ਦੁਰਘਟਨਾ ਦੇ ਵਿੱਚ ਇਹ ਸਵਿਫਟ ਗੱਡੀ ਦੇ ਨਾਲ ਨਾਲ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਹਾਲਾਂਕਿ ਮੌਕੇ ਤੇ ਹੁਣ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਜੋ ਮ੍ਰਿਤਕ ਵਿਅਕਤੀ ਹੈ ਉਹ ਆਪਣੇ ਪਿੱਛੇ ਦੋ ਛੋਟੇ ਬੱਚਿਆਂ ਨੂੰ ਵੀ ਛੱਡ ਗਿਆ। ਦੋ ਕਾਰਾਂ ਦੀ ਆਪਸੀ ਟੱਕਰ ਦੇ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਹੈ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇੱਕ ਪਰਿਵਾਰ ਦੇ ਵੱਲੋਂ ਨਵੀਂ ਸਵਿਫਟ ਗੱਡੀ ਲਿਆਂਦੀ ਗਈ ਸੀ ਤੇ ਹਾਲੇ ਉਸ ਗੱਡੀ ਦੇ ਪੂਰੇ ਚਾਹ ਵੀ ਨਹੀਂ ਸੀ ਹੋਏ ਕਿ ਸੜਕ ਦੁਰਘਟਨਾ ਦੇ ਵਿੱਚ ਜਿੱਥੇ ਗੱਡੀ ਨੁਕਸਾਨੀ ਗਈ ਉੱਥੇ ਇੱਕ ਵਿਅਕਤੀ ਦੀ ਵੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ। ਤਾਂ ਦੱਸ ਦਈਏ ਕਿ ਪਰਿਵਾਰ ਦੇ ਵੱਲੋਂ ਜੋ ਨਵੀਂ ਗੱਡੀ ਲਿਆਂਦੀ ਸੀ ਉਸਦੇ ਵਿੱਚ ਸਵਾਰ ਹੋ ਕੇ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਏ ਸੀ ਅਤੇ ਜਿਵੇਂ ਹੀ ਉਹ ਮੱਥਾ ਟੇਕ ਕੇ ਵਾਪਿਸ ਆ ਰਹੇ ਸੀ ਤਾਂ ਸਾਹਮਣੇ ਤੋਂ ਆ ਰਹੀ ਇੱਕ ਬ੍ਰਿਜ਼ਾ ਗੱਡੀ ਦੇ ਵਿੱਚ ਸਵਿਫਟ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਇੱਕ ਔਰਤ ਅਤੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ। ਤਾਂ ਦੱਸ ਦਈਏ ਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਕਾਰਾਂ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ। ਹਾਲਾਂਕਿ ਜੋ ਸਵਿਫਟ ਗੱਡੀ ਹੈ ਉਸਦੇ ਵੀ ਪਰ ਖੱਚੇ ਉੱਡ ਗਏ ਨੇ। ਕਿਹਾ ਜਾ ਰਿਹਾ ਕਿ ਹਾਲ ਹੀ ਦੇ ਵਿੱਚ ਇਸ ਪਰਿਵਾਰ ਦੇ ਵੱਲੋਂ ਨਵੀਂ ਸਵਿਫਟ ਗੱਡੀ ਲਿਆਂਦੀ ਗਈ ਸੀ, ਹਾਲੇ ਸਾਰੇ ਚਾਹ ਵੀ ਨਹੀਂ ਸੀ ਪੂਰੇ ਹੋਏ ਕਿ ਸੜਕ ਦੁਰਘਟਨਾ ਦੇ ਵਿੱਚ ਇਹ ਸਵਿਫਟ ਗੱਡੀ ਦੇ ਨਾਲ ਨਾਲ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਹਾਲਾਂਕਿ ਮੌਕੇ ਤੇ ਹੁਣ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਜੋ ਮ੍ਰਿਤਕ ਵਿਅਕਤੀ ਹੈ ਉਹ ਆਪਣੇ ਪਿੱਛੇ ਦੋ ਛੋਟੇ ਬੱਚਿਆਂ ਨੂੰ ਵੀ ਛੱਡ ਗਿਆ ਹੈ।